ये है आपका अपना चैनल पंजाब नामा। अगर आपने अभी तक पंजाब नामा को सब्सक्राइब नहीं किया तो कृपया सबसे पहले पंजाब नामा को सब्सक्राइब करें, लाइक करें और शेयर करें। ताज़ा अपडेट हमेशा आपके पास सबसे पहले पहुंचे। पंजाब सरकार वालों सीनियर कांग्रेस आगू ब्लाक प्रधान अते शैलर एसोसीएशन संगरूर दे प्रधान श्री अनिल कुमार कीचा नूं मार्केट कमेटी संगरूर दा चेयरमैन बनन ते आड़तिया एसोसीएशन वालों स्थानक अनाज मंडी विखे सन्मानित किया गया। इस मौके आड़तिया एसोसीएशन दे प्रधान श्री सोमनाथ बांसल, एडवोकेट सतीश कांसल, डायरैक्टर इन्फोटैक ਜਥੇਦਾਰ ਨਾਜਰ ਸਿੰਘ ਬਡਰੁੱਖਾ, ਬੀਬੀ ਬਲਵੀਰ ਕੌਰ ਸੈਣੀ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਗਲਾ ਜੀ ਦਾ ਧੰਨਵਾਦ ਕੀਤਾ। ਮੈਂ ਸੰਜੇ ਕੁਮਾਰ ਆੜਤੀਆ, ਸੰਗਰੂਰ ਅਨਾਜ ਮੰਡੀ, ਸ਼੍ਰੀ ਵਿਜੇਂਦਰ ਸਿੰਗਲਾ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਣੇ ਵਰਕਰ ਨੂੰ ਅਨਾਜ ਮੰਡੀ ਸੰਗਰੂਰ ਮਾਰਕੀਟ ਕਮੇਟੀ ਸੰਗਰੂਰ ਦਾ ਚੇਅਰਮੈਨ ਬਣਾਇਆ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਮੈਂ ਸ਼ਿਵ ਕੁਮਾਰ, ਮੈਂਬਰ ਆੜਤੀ ਐਸੋਸੀਏਸ਼ਨ। ਸਾਡੇ ਅਨਿਲ ਕੀਚਾ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਸਾਡੇ ਕੈਬਨਿਟ ਮੰਤਰੀ ਪੰਜਾਬ ਵਿਜੇਂਦਰ ਸਿੰਗਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਅਨਿਲ ਕੀਚਾ ਜੀ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੀ ਸੇਵਾ ਸੌਂਪੀ ਹੈ। ਸੋ ਅਸੀਂ ਇਸ ਗੱਲ 'ਤੇ ਸਾਰੇ ਹੀ ਮੰਡੀ ਵੱਲੋਂ ਸ਼੍ਰੀ ਵਿਜੇਂਦਰ ਸਿੰਗਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਮੈਂ ਅਜੇ ਵਰਮਾ, ਆੜਤੀ ਐਸੋਸੀਏਸ਼ਨ ਸੰਗਰੂਰ ਤੋਂ ਨੀਲ ਕੁਮਾਰ ਕੀ ਚਾਈ ਨੂੰ ਮਾਰਕੀਟ ਕਮੇਟੀ ਜੀ ਆਈ ਪ੍ਰਧਾਨ ਬਣਦੇ ਜੀ ਆਈ ਜੀ ਕਹਿੰਦਾ ਅਤੇ ਵਿਜੇਂਦਰ ਸਿੰਗਲਾ ਜੀ ਦਾ ਧੰਨਵਾਦ ਕਰਦਾ। ਵਿਜੇਂਦਰ ਸਿੰਗਲਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨੀਲ ਕੁਮਾਰ ਕੀ ਚਾਈ ਨੂੰ ਵਧੀਆ ਅਹੁਦਾ ਦੇ ਕੇ ਸਨਮਾਨ ਕੀਤਾ ਅਤੇ ਵਧੀਆ ਇਹ ਕੰਮ ਕਰੂਗਾ, ਉਮੀਦ ਰੱਖਦੇ ਹਾਂ ਵਧੀਆ ਹੀ ਕਰੂਗਾ। ਅੱਜ ਸਾਡੀ ਮੰਡੀ ਔਰ ਸ਼ੈਲਰ ਐਸੋਸੀਏਸ਼ਨ ਦੇ ਆਗੂ ਸ਼੍ਰੀ ਅਨਿਲ ਕੁਮਾਰ ਕੀਚਾ ਜੀ ਨੂੰ ਪੰਜਾਬ ਸਰਕਾਰ ਵੱਲੋਂ ਸੰਗਰੂਰ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ, ਜਿਹਦੀ ਸਾਨੂੰ ਸਾਰੀ ਮੰਡੀ ਸਾਰੀ ਐਸੋਸੀਏਸ਼ਨ ਅਸੀਂ ਬਹੁਤ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਿੰਗਲਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬਾਨ ਦਾ, ਔਰ ਉਮੀਦ ਕਰਦੇ ਹਾਂ ਵੀ ਬੜੇ ਸੁਚੱਜੇ ਢੰਗ ਨਾਲ ਇਹ ਆਪਣੇ ਅਹੁਦੇ ਨੂੰ ਨਿਭਾਉਣਗੇ। ਧੰਨਵਾਦ। ਪਹਿਲਾਂ ਤਾਂ ਅਸੀਂ ਕਾਂਗਰਸ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਰੂਰ ਜ਼ਿਲ੍ਹੇ ਦੀ ਸ਼ਾਨ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਗਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਕਾਂਗਰਸ ਪਾਰਟੀ ਦੇ ਬਹੁਤ ਹੀ ਮਿਹਨਤੀ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਅਨਿਲ ਕੁਮਾਰ ਕੀਚਾ ਜੀ ਨੂੰ ਮਾਰਕੀਟ ਕਮੇਟੀ ਸੰਗਰੂਰ ਦਾ ਚੇਅਰਮੈਨ ਬਣਾਇਆ, ਅਸੀਂ ਵਿਜੇਂਦਰ ਸਿੰਗਲਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਸਾਡੀ ਕਾਂਗਰਸ ਦੀ ਹਾਈ ਕਮਾਂਡ ਦਾ। ਅਨਿਲ ਕੁਮਾਰ ਕੀਚਾ ਜੀ ਨਾਮ ਚੇਅਰਮੈਨ ਮੰਡੀ ਮੰਡੀ ਬੋਰਡ ਮਾਰਕੀਟ ਕਮੇਟੀ ਅਤੇ ਰਾਈ ਸ਼ੈਲਰ ਐਸੋਸੀਏਸ਼ਨ, ਬਲਵੀਰ ਸੈਣੀ ਜੀ, ਭਰਪੂਰ ਜੀ ਅਤੇ ਹੋਰ ਸਾਰੇ ਵੀ ਜਾਣਦੇ ਹੁਣ ਕਿਹਦਾ ਕਿਹਦਾ ਨਾਮ ਲਾਉਣ ਲੱਗਦਾ ਇਸੇ ਲਿਸਟ ਦੇ ਵਿੱਚ ਸਾਰਾ ਦਿਨ ਨਿਕਲ ਜਾਊਗਾ। ਮੈਂ ਆਪਣੇ ਵੱਲੋਂ ਵਿਸ਼ੇਸ਼ ਤੌਰ 'ਤੇ ਅਨਿਲ ਕੁਮਾਰ ਕੀਚਾ ਜੀ ਨੂੰ ਚੇਅਰਮੈਨ ਮਾਰਕੀਟ ਕਮੇਟੀ ਨਿਯੁਕਤ ਕਰਨ 'ਤੇ ਵਧਾਈ ਦਿੰਦਾ ਅਤੇ ਵਿਜੇਂਦਰ ਸਿੰਗਲਾ ਜੀ ਦਾ ਅਹਿਸਾਨ ਮੰਨਦਾ ਕਿ ਉਹਨਾਂ ਨੇ ਇੱਕ
ਕੰਮ ਕਰਨ ਵਾਲੇ ਵਰਕਰ ਅਤੇ ਇਮਾਨਦਾਰ ਬੰਦੇ ਨੂੰ ਇਸ ਅਹੁਦੇ ਲਈ ਚੁਣਿਆ। ਜਿੰਨੇ ਆਪਣੇ ਇੱਥੇ ਆਏ ਮਹਿਮਾਨ ਮੰਡੀ ਮੁਲਾਜ਼ਮ ਆੜ੍ਹਤੀਆ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਬਜਿੰਦਰ ਸਿੰਗਲਾ ਜੀ ਦਾ ਮੈਂ ਇਸ ਗੱਲ 'ਤੇ ਇੰਨਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਦੀ ਪਾਰਖੂ ਅੱਖ ਨੇ ਇੱਕ ਐਸਾ ਹੀਰਾ ਤਰਾਸਿਆ ਕਿ ਤਰਾਸਣ ਦੀ ਲੋੜ ਵੀ ਨਹੀਂ ਸੀ ਪਰ ਫਿਰ ਵੀ ਤਰਾਸ ਕੇ ਹੀਰਾ ਆਪਾਂ ਨੂੰ ਦਿੱਤਾ। ਮੈਂ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ 'ਚੋਂ। ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਪਿੱਠ ਪਿੱਛੇ ਜਾ ਕੇ ਸਿੰਗਲਾ ਸਾਹਿਬ ਨੂੰ ਮੇਰੀ ਚੇਅਰਮੈਨੀ ਲਈ ਸਿਫਾਰਸ਼ ਕੀਤੀ। ਅੱਜ ਉਹ ਦਿਲ ਦੀਆਂ ਗਹਿਰਾਈਆਂ 'ਚੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਆਉਣ ਦੇ ਇੱਕ ਵਿਸ਼ਵਾਸ ਜ਼ਰੂਰ ਲੈ ਕੇ ਜਾਇਓ ਕਿ ਕਿਸੇ ਨੇ ਗੱਲ ਨਹੀਂ ਸੋਚਣੀ ਵੀ ਟੀਚਾ ਪਰ ਬਣਾਇਆ ਚੇਅਰਮੈਨ ਫਿਰ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਬਣਾਇਓ। ਮੰਡੀ ਵਾਲੇ ਬਣੇ ਨੇ, ਸ਼ੈਲਰ ਵਾਲੇ ਬਣੇ ਨੇ, ਸਾਰੇ ਵਪਾਰੀ ਭਰਾ ਬਣੇ ਨੇ। ਮੈਂ ਤਾਂ ਇੱਕ ਤੁਹਾਡਾ ਚਿੰਨ੍ਹ ਬਣ ਗਿਆ ਵੀ ਮੈਨੂੰ ਜਿੱਥੇ ਮਰਜ਼ੀ ਹੋਰ ਕੰਮ 'ਤੇ ਲੈ ਜਾਓ ਪਰ ਆ ਮਾਰਕੀਟ ਕਮੇਟੀ ਤੁਹਾਡੀ ਹੈ, ਤੁਸੀਂ ਸਾਹਮਣੀ ਹੈ। ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ। ਮੈਂ ਅੱਜ ਧੰਨਵਾਦ ਕਰਦਾ ਹਾਈ ਕਮਾਂਡ ਦਾ ਅਤੇ ਮੇਰੇ ਵੱਡੇ ਭਰਾ ਸ਼੍ਰੀ ਵਿਜਿੰਦਰ ਸਿੰਗਲਾ ਜੀ ਦਾ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਮਾਣ ਬਖਸ਼ਿਆ। ਮੈਂ ਇੱਕ ਛੋਟਾ ਜਿਹਾ ਬੰਦਾ ਹੋਣ ਕਰਕੇ ਬਹੁਤ ਪਾਰਟੀ ਲਈ ਵਰਕ ਕੀਤਾ ਲੇਕਿਨ ਮੈਨੂੰ ਉਸ ਦਾ ਨਤੀਜਾ ਅੱਜ ਸਿੰਗਲਾ ਸਾਹਿਬ ਨੇ ਮੈਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਕੇ ਇੱਕ ਬਹੁਤ ਵੱਡਾ ਵਿਸ਼ਵਾਸ ਜਿਤਾਇਆ ਜਿਹਦੇ 'ਚ ਰਾਜਾ ਵੀਰ ਕਲਾ ਜੀ ਦਾ, ਕੁਲਵੰਤ ਰਾਏ ਸਿੰਗਲਾ ਜੀ ਦਾ ਔਰ ਸਾਡੇ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਗਲਾ ਜੀ ਦਾ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਪਰਮਾਤਮਾ ਨੂੰ ਆਸ਼ ਕਰਦਾ ਵੀ ਜਿਹੜਾ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਮੈਂ ਉਸ ਵਿਸ਼ਵਾਸ 'ਤੇ ਖਰਾ ਉਤਰ ਸਕਾਂ, ਇੰਨਾ ਕਹਿੰਦਾ ਅਤੇ ਬਜਿੰਦਰ ਸਿੰਗਲਾ ਜੀ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਕਰਦਾ। ਦੇਖੋ ਅੱਜ ਮੈਂ ਸ਼੍ਰੀ ਵਿਜੇਂਦਰ ਸਿੰਗਲਾ ਜੀ ਜਿਹੜੇ ਕੈਬਨਿਟ ਮੰਤਰੀ ਪੰਜਾਬ ਹੈ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇੱਕ ਨਿਮਾਣੇ ਦੇ ਵਰਕਰ ਨੂੰ ਇਹ ਮਾਣ ਬਖਸ਼ਿਆ ਔਰ ਮੈਂ ਸਮਝਦਾ ਬਈ ਇਹਦੇ ਵੱਲੋਂ ਵੀ ਮੈਂ ਵਿਸ਼ਵਾਸ ਦਵਾਉਂਦਾ ਕਿ ਇਹ ਪੂਰਾ ਉਹਨਾਂ ਦੇ ਮੁਤਾਬਕ ਉਹਨਾਂ ਦੀ ਵਿਸ਼ੇਸ਼ ਦੇ ਮੁਤਾਬਕ ਪੂਰਾ ਖਰਾ ਉਤਰੂਗਾ ਔਰ ਹਰ ਵਪਾਰੀ ਦਾ, ਹਰ ਕਮਿਸ਼ਨ ਏਜੰਟ ਦਾ, ਸ਼ੈਲਰ ਵਾਲੇ ਦਾ, ਸਭ ਦੇ ਮੁਤਾਬਕ ਉਹ ਆਪਣੇ ਕੰਮ ਕਰੇਗਾ।